ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦੇਖਿਆ ਗਿਆ ਜੋ ਕਿ 2 ਡਾਲਰ 10 ਸੈਂਟ ਅਤੇ ਬਹੁਤ ਸਾਰੇ ਗੈਸ ਸਟੇਸ਼ਨਾਂ ਦੇ ਉੱਪਰ 2 ਡਾਲਰ 13 ਸੈਂਟ ਤੇ ਰਹਿੀਆਂ ਨੇ ਪੈਟਰੋਲੀਅਮ ਇੰਡਸਟਰੀ ਦੇ ਮਾਹਰਾਂ ਦਾ ਮੰਨਣਾ ਹੈ ਕਿ ਮਈ ਦੇ ਲੌਂਗ ਵੀਕਐਂਡ ਤੱਕ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਗੈਸ ਦੀਆਂ ਕੀਮਤਾਂ 2 ਡਾਲਰ 30 ਸੈਂਟ ਤੱਕ ਜਾ ਸਕਦੀਆਂ ਨੇ ਉੱਥੇ ਇਸੇ ਤਰ੍ਹਾਂ ਰਹਿਣਗੀਆਂ ਤੇ ਇਸ ਤਰ੍ਹਾਂ ਹੀ ਹਰ ਹਫਤੇ ਇਸ ਦੇ ਵਿੱਚ ਵਾਧਾ ਦਰਜ ਕੀਤਾ ਜਾਏਗਾ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਬੇਸ਼ੱਕ ਦੋ ਕ ਹਫਤੇ ਪਹਿਲਾਂ ਕੀਮਤਾਂ 2 ਡਾਲਰ ਤੋਂ ਹੇਠਾਂ ਸਨ ਪਰ ਨਵੇਂ ਕਾਰਬਨ ਪਾਲਿਸੀ ਦੇ ਲਾਗੂ ਹੋਣ ਤੋਂ ਬਾਅਦ ਇਹਨਾਂ 'ਚ 5 ਤੋਂ 6 ਸੈਂਟ ਦਾ ਵਾਧਾ ਹੋਇਆ ਤੇ ਹੁਣ ਤੇਜ਼ੀ ਦੇ ਨਾਲ ਇਹ 2 ਡਾਲਰ 10 ਸੈਂਟ ਨੂੰ ਪਾਰ ਕਰ ਗਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਿਰੰਤਰ ਵੱਧਦੀਆਂ ਰਹਿਣਗੀਆਂ ਨੇ ਤੇ ਮਈ ਦੇ ਲੌਂਗ ਵੀਕਐਂਡ ਤੱਕ 2 ਡਾਲਰ 30 ਸੈਂਟ ਦੇ ਪੀਕ ਤੇ ਪਹੁੰਚ ਜਾਣਗੀਆਂ ਜਿਸ ਦੇ ਬਾਅਦ ਕੁਝ ਸਮਸਥਿਰ ਰਹਿਣ ਤੋਂ ਬਾਅਦ ਇਨ੍ਹਾਂ 'ਚ ਗਰਾਬਟ ਦੇਖੀ ਜਾ ਸਕਦੀ ਹੈ ਕਿਉਂਕਿ ਗਰਮੀ ਦੇ ਦੌਰਾਨ ਜਿੱਥੇ ਪੈਟਰੋਲੀਅਮ ਦੀ ਡਿਮਾਂਡ ਵੱਧ ਜਾਂਦੀ ਹੈ ਕਿਉਂਕਿ ਲੋਕ ਵੱਧ ਘੁਮਣ ਫਿਰਨ ਨੂੰ ਤਰਜੀਹ ਦਿੰਦੇ ਨੇ ਉੱਥੇ ਹੀ ਰਫਾਈਨਰੀਜ਼ ਦੇ ਵਿੱਚ ਵਿੰਟਰ ਤੋਂ ਸਮਰ ਨੂੰ ਲੈ ਕੇ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ ਜਿਸ ਕਾਰਨ ਸਪਲਾਈ ਪ੍ਰਭਾਵਿਤ ਹੁੰਦੀ ਹੈ ਮਾਹਰਾਂ ਦਾ ਮੰਨਣਾ ਹੈ ਕਿ ਪੈਟਰੋਲੀਅਮ ਅਤੇ ਗੈਸ ਦੀਆਂ ਕੀਮਤਾਂ ਇਸ ਸਮੇਂ 인ਫਲੇਸ਼ਨ ਦੇ ਵਿੱਚ ਵੀ ਇੱਕ ਵੱਡਾ ਰੋਲ ਅਦਾ ਕਰਦੀਆਂ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਇਨਫਲੇਸ਼ਨ ਘਟਣ ਦੇ ਵਿੱਚ ਗੈਸ ਦੀਆਂ ਕੀਮਤਾਂ ਦਾ ਅਹਿਮ ਯੋਗਦਾਨ ਰਿਹਾ ਹੈ ਪਰ ਜੇਕਰ ਹੁਣ ਗੈਸ ਦੀਆਂ ਕੀਮਤਾਂ ਦੇ ਵਿੱਚ ਮੈਟਰੋ ਵੈਂਕੂਵਰ ਰੀਜਨ ਅਤੇ ਕੈਨੇਡਾ ਭਰ ਦੇ ਵਿੱਚ ਤੇਜ਼ੀ ਦੇਖੀ ਜਾਂਦੀ ਹੈ ਤਾਂ ਇਸ ਨਾਲ ਭਵਿੱਖ ਦੇ ਵਿੱਚ ਇਨਫਲੇਸ਼ਨ ਦੇ ਨੰਬਰ ਦੇ ਵਿੱਚ ਵੀ ਦਿਖਾਈ ਦੇਣਗੀਆਂ ਤੇ ਇਨਫਲੇਸ਼ਨ ਦੇ ਵਿੱਚ ਵਾਧਾ ਹੋ ਸਕਦਾ ਹੈ ਜੇਕਰ ਇਨਫਲੇਸ਼ਨ ਦੇ ਵਿੱਚ ਸਟੇਬਿਲਿਟੀ ਨਹੀਂ ਰਹਿੰਦੀ ਤਾਂ ਉਹਨਾਂ ਹਾਲਾਤਾਂ 'ਚ ਬੈਂਕ ਆਫ ਕੈਨੇਡਾ ਵਿਆਜ ਦਰਾਂ ਤੇ ਕੱਟ ਲਗਾਉਣ ਨੂੰ ਲੈ ਕੇ ਆਪਣਾ ਡਿਸੀਜਨ ਦਲੇ ਕਰ ਸਕਦਾ ਪਰ ਇਸ ਸਮੇਂ ਵਧੀਆਂ ਗਿਆਸੀਆਂ ਕੀਮਤਾਂ ਜਿੱਥੇ ਲੋਕਾਂ ਦੀ ਜੇਬ ਤੇ ਭਾਰ ਪਾ ਰਹੀਆਂ ਨੇ ਉੱਥੇ ਨਾਲੋਂ ਨਾਲ ਫੈਡਰਲ ਸਰਕਾਰ ਦੀ ਕਾਰਬਨ ਨੀਤੀ ਨੂੰ ਲੈ ਕੇ ਕਈ ਪ੍ਰੀਮੀਅਰਜ਼ ਅਤੇ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਆ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਜਿਸ ਕਾਰਨ ਉਹ ਕਾਰਬਨ ਪ੍ਰਾਈਸਿੰਗ ਦੇ ਵਿੱਚ ਕੀਤਾ ਹੋਇਆ ਵਾਅਦਾ ਰੱਦ ਕਰਨ ਦੀ ਗੱਲਬਾਤ ਕਰ ਰਹੇ ਨੇ ਪਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇਸ ਕਾਰਬਨ ਪਾਲਿਸੀ ਦੇ ਉੱਪਰ ਸਪਸ਼ਟ ਸਟੈਂਡ ਲਿਆ ਗਿਆ ਹੈ ਪ੍ਰਧਾਨ ਮੰਤਰੀ ਟਰੂਡੋ ਆਖ ਚੁੱਕੇ ਨੇ ਕਿ ਸਰਕਾਰ ਆਪਣੀ ਕਾਰਬਨ ਪਾਲਿਸੀ ਨਹੀਂ ਬਦਲੇਗੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਕੈਨੇਡਾ ਵਿੱਚ ਹਾਊਸਿੰਗ ਮਾਰਕੀਟ ਬਾਰੇ ਆਪਣੇ ਅੰਕੜੇ ਪੇਸ਼ ਕੀਤੇ ਨੇ ਜਿਸ ਵਿੱਚ ਕਿਹਾ ਗਿਆ ਹੈ ਕਿ 2026 ਤੱਕ ਘਰਾਂ ਦੀਆਂ ਕੀਮਤਾਂ 2022 ਦੀ ਸ਼ੁਰੂਆਤ ਵਾਲੇ ਪ੍ਰਾਈਸ ਤੇ ਪਹੁੰਚ ਜਾਣਗੇ। ਏਜੰਸੀ ਵੱਲੋਂ ਹਾਊਸਿੰਗ ਮਾਰਕੀਟ ਆਊਟਲੁੱਕ ਰਿਲੀਜ਼ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਅਗਲੇ 3 ਸਾਲਾਂ ਲਈ ਘਰ ਖਰੀਦਣਾ ਜ਼ਿਆਦਾਤਰ ਕੈਨੇਡੀਅਨਜ਼ ਲਈ ਸਭ ਤੋਂ ਵੱਡੀ ਚਿੰਤਾ ਹੋਏਗੀ ਕਿਉਂਕਿ 1950 ਤੋਂ ਬਾਅਦ ਮੁਲਕ ਦੀ ਆਬਾਦੀ ਵਿੱਚ ਜਿਸ ਢੰਗ ਦੇ ਨਾਲ ਵਾਧਾ ਹੋਇਆ ਉਸ ਕਾਰਨ ਘਰਾਂ ਦੀ ਖਰੀਦ ਵਧੇਗੀ ਅਤੇ ਕੀਮਤਾਂ ਉੱਪਰ ਜਾਣ ਦੀ ਸੰਭਾਵਨਾ ਲਗਭਗ ਤੈਅ ਹੈ। ਏਜੰਸੀ ਮੁਤਾਬਕ 2021 ਦੀ ਸ਼ੁਰੂਆਤ ਅਤੇ 2023 ਦੇ ਅੰਤ ਤੱਕ ਕੀਮਤ 1/3 ਘਟੀ ਹੈ ਅਤੇ ਪੀਕ ਆਸ ਨਾਲੋਂ ਇਹ 15% ਦੀ ਘਾਬੜ ਤੇ ਹੈ। ਬੈਂਕ ਆਫ ਕੈਨੇਡਾ ਵੱਲੋਂ ਜੇਕਰ ਸਾਲ ਦੇ ਮੱਧ ਤੱਕ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਬਾਹਰ ਵੱਲੋਂ ਮਾਰਕੀਟ ਦੇ ਵਿੱਚ ਮੋੜ ਸਰਗਰਮੀ ਵਧਾਈ ਜਾਏਗੀ। ਏਜੰਸੀ ਮੁਤਾਬਕ ਘਰਾਂ ਦੀ ਸੇਲ 2025-2026 ਚ ਪਿਛਲੇ 10 ਸਾਲਾਂ ਦੀ ਔਸਤ ਦੇ ਮੁਕਾਬਲੇ ਥੋੜੀ ਜ਼ਰੂਰ ਵਧੇਗੀ ਪਰ ਇਹ 2020-2021 ਦੇ ਰਿਕਾਰਡ ਸੇਲ ਤੋਂ ਹੇਠਾਂ ਰਹੇਗੀ ਕਿਉਂਕਿ ਇਹ ਸਾਰਾ ਕੁਝ ਬੈਂਕ ਦੇ ਵਿਆਜ ਦਰਾਂ ਤੇ ਘਰਾਣੀਆਂ ਕੀਮਤਾਂ ਦੇ ਉੱਪਰ ਨਿਰਭਰ ਕਰੇਗਾ ਏਜੰਸੀ ਮੁਤਾਬਕ ਘਰਾਣੀਆਂ ਕੀਮਤਾਂ 2025 ਚ ਠੀਕ ਹੋਣਾ ਤੇ 2026 ਵਿੱਚ ਵਧਣ ਤੋਂ ਪਹਿਲਾਂ ਜ਼ਰੂਰ ਘਟਣਗੀਆਂ ਕਿਉਂਕਿ ਲਾਰਜ ਨੰਬਰ ਵਿੱਚ ਹੋ ਰਹੀ ਉਸਾਰੀ ਅਤੇ ਲੰਮਾ ਸਮਾਂ ਹਾਈ ਇੰਟਰਸਟ ਰੇਟ ਕਾਰਨ ਇਸ ਉੱਪਰ ਅਸਰ ਦਿਖਾਈ ਦੇਗਾ ਏਜੰਸੀ ਮੁਤਾਬਕ ਕੈਨੇਡਾ ਦੇ 6 ਵੱਡੇ ਸ਼ਹਿਰਾਂ 'ਚ ਪਿਛਲੇ ਸਾਲ 137509 ਯੂਨਿਟਾਂ ਦੀ ਉਸਾਰੀ ਹੋਈ ਹੈ ਜੋ ਕਿ ਨਵੇਂ ਅਪਾਰਟਮੈਂਟਾਂ ਦੇ ਵਾਧੇ ਕਾਰਨ ਪਿਛਲੇ 3 ਸਾਲਾਂ ਦੇ ਬਰਾਬਰ ਹੈ ਤੇ ਇਨ੍ਹਾਂ ਸਥਿਤੀਆਂ ਵਿੱਚ 2024 ਦੌਰਾਨ ਨਵੇਂ ਯੂਨਿਟ ਬਣਨ ਦੀ ਰਫ਼ਤਾਰ ਘਟੇਗੀ ਕਿਉਂਕਿ ਆਰਥਿਕ ਸਥਿਤੀਆਂ ਅਜਿਹੀਆਂ ਨੇ ਕਿ ਬਹੁਤ ਸਾਰੀਆਂ ਕੰਪਨੀਆਂਜ਼ ਦੇ ਵੱਲੋਂ ਉਸ ਰਫ਼ਤਾਰ ਦੇ ਨਾਲ ਡਿਵੈਲਪਮੈਂਟ ਨਹੀਂ ਕੀਤੀ ਜਾਏਗੀ ਏਜੰਸੀ ਦਾ ਮੰਨਣਾ ਹੈ ਕਿ ਪਾਪੂਲੇਸ਼ਨ ਵਾਧੇ ਅਤੇ ਬਾਹਰ ਦੀ ਸਰਗਰਮੀ ਦੇ ਨਾਲ 2026 ਤੱਕ ਮਾਰਕੀਟ ਪੂਰੀ ਤਰ੍ਹਾਂ ਪੀਕ ਤੇ ਜਾਏਗੀ ਜਿਸ ਕਾਰਨ ਕੀਮਤਾਂ ਦੇ ਵਿੱਚ ਵਾਧਾ ਦਰਜ ਕੀਤਾ ਜਾਏਗਾ ਕਿਉਂਕਿ ਫਿਲਹਾਲ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਜੇਕਰ ਕੁਝ ਸਮੇਂ ਦੇ ਲਈ ਹੋਰ ਹੋਲਡ ਕੀਤੇ ਜਾਂਦੇ ਨੇ ਤਾਂ ਏਜੰਸੀ ਮੁਤਾਬਕ ਇਸ ਦੇ ਨਾਲ ਕੀਮਤਾਂ ਦੇ ਵਿੱਚ ਗਰਾਵਟ ਜ਼ਰੂਰ ਆਏਗੀ ਪਰ ਇੰਟਰਸਟ ਰੇਟ ਹੇਠਾਂ ਜਾਂਦਿਆਂ ਹੀ ਮਾਰਕੀਟ ਦੇ ਵਿੱਚ ਤਾਜ਼ਾ ਤੇਜ਼ੀ ਦੇਖੀ ਜਾਏਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ